ਨਾਰਾ ਦਿੱਤਾ ਹੈ ਕਿ ਹਮ ਅਕਾਲੀ ਸਬਕੇ ਵਾਲੀ ਹਮਾਰਾ ਪੰਥ ਨਿਆਰਾ ਹੈ, ਤਾਂ ਕੀ ਇਹਨੂੰ ਇਹ ਮੰਨੀਏ ਕਿ ਤੁਸੀਂ ਇੱਕ ਨਵਾਂ ਹੁਣ ਅਕਾਲੀ ਦਲ ਸਿਰਜ ਰਹੇ ਹੋ, ਨਵਾਂ ਅਕਾਲੀ ਦਲ ਦੀ ਜਿਹੜੀ ਹੈ ਸ਼ੁਰੂਆਤ? ਦੇਖੋ, ਅਕਾਲੀ ਦਲ ਇੱਕ ਪਾਰਟੀ ਉਵੇਂ ਪਾਰਟੀ ਨਹੀਂ ਗੀ ਜਿਵੇਂ ਬਾਕੀ ਪਾਰਟੀਆਂ ਹੈਗੀਆਂ। ਇਹ ਅਕਾਲੀ ਲਹਿਰ ਇੱਕ ਲਹਿਰ ਆ, ਇੱਕ ਸੋਚ ਹੈ, ਇੱਕ ਮੂਵਮੈਂਟ ਆ। ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ, ਉਹਨੇ ਪਿਛਲੇ 25-30 ਸਾਲਾਂ ਤੋਂ ਇਸ ਸੋਚ ਤੋਂ ਹੌਲੀ 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 ਉਹ ਦੂਰ ਹੋ ਗਈ। ਪੰਥਕ ਭਾਵਨਾ ਜਿਹੜੀ ਆ ਉਹ ਖਤਮ ਨਹੀਂ ਹੋਈ, ਚੋਣਾਂ ਨਹੀਂ ਵਿਖਾਇਆ, ਤਾਂ ਉਸ ਚੀਜ਼ ਨੂੰ ਆਪਾਂ ਜਥੇਬੰਦ ਕਰਨਾ ਚਾਹੁੰਦੇ ਹਾਂ। ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਅਸਲ ਅਕਾਲੀ ਦਲ ਜਿਹੜਾ ਹੈਗਾ ਜਾਂ ਅਕਾਲੀ ਲਹਿਰ ਜਿਹੜੀ 1920 'ਚ ਚੱਲੀ ਸੀ, ਉਹਦੀ ਸੋਚ ਨੂੰ ਅੱਗੇ ਜਥੇਬੰਦ ਕਰਕੇ ਫਾਇਦਾ ਕਿਹਨੂੰ ਮਿਲੂਗਾ, ਕੌਣ ਇਸ ਤੋਂ ਫਿਰ ਲਾਹਾ ਲਊਗਾ, ਕੌਣ ਫਾਇਦਾ ਲਊਗਾ? ਕਿਉਂਕਿ ਇੱਕ ਅਕਾਲੀ ਦਲ ਦੇ ਉੱਤੇ ਤਾਂ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ, ਇੱਕ ਅਕਾਲੀ ਦਲ ਦੇ ਉੱਤੇ ਜਿਹੜਾ ਬਾਗੀ ਧੜਾ ਹੈਗਾ ਉਹ ਬੈਠਾ ਹੋਇਆ, ਇਹ ਫਾਇਦਾ ਕਿਵੇਂ ਤੁਸੀਂ ਕਿਸ ਨੂੰ ਦਿਵਾਉਣ ਦੀ? ਆਪਾਂ ਤਾਂ ਓਪਨ ਪਲੈਟਫਾਰਮ ਸਾਰੇ ਰਿਲੀਜਨਸ ਵਾਸਤੇ, ਇਹ ਸੈਕੂਲਰ ਇੱਕ ਪਲੈਟਫਾਰਮ ਹੋਏ, ਨੈਚੁਰਲੀ ਸੈਕੂਲਰ ਹੋਊਗਾ। ਕਿਉਂਕਿ ਦੇਖੋ, ਜਦੋਂ ਆਪਾਂ ਸਿੱਖ ਥੋਟ ਦੀ ਗੱਲ ਕਰਦੇ ਹਾਂ ਪੰਜਾਬ 'ਚ, ਹੈ ਨਾ, ਉਹਨੇ ਜਦੋਂ ਉਹਦੇ 'ਚ ਕੋਨਸੈਪਟ ਹੀ ਸਰਬੱਤ ਦੇ ਭਲੇ ਦਾ, ਤਾਂ ਆਪਾਂ ਉਹਨਾਂ ਨੂੰ ਡਿਊ ਰਿਪ੍ਰਜੈਂਟੇਸ਼ਨ ਹਰੇਕ ਨੂੰ ਮਿਲਣੀ ਚਾਹੀਦੀ ਹੈ। ਕਿ ਰਵਾਇਤੀ ਪਾਰਟੀਆਂ ਦੇ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਉਹਨਾਂ ਦੇ ਕੋਲ ਪੈਸਾ, ਉਹਨਾਂ ਦੇ ਕੋਲ ਇਨਫਰਾਸਟ੍ਰਕਚਰ, ਉਹਨਾਂ ਦੇ ਕੋਲ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਹੁੰਦੀਆਂ ਨੇ, ਤਾਂ ਤੁਸੀਂ ਕਿਵੇਂ ਆਪਣੀ ਰੂਪ ਰੇਖਾ ਦੇਖ ਰਹੇ ਹੋ, ਕਿਵੇਂ ਤੁਸੀਂ ਉਹਨਾਂ ਦੇ ਪੈਰਲਰ ਇਹ ਲੜਾਈ ਲੜਦੇ ਹੋ? ਸਿੱਖ ਪੋਲੀਟਿਕਸ ਹੀ ਹੋਊਗਾ ਮਿਸਲ ਸਤਲੁਜ ਦਾ ਜਿਹੜਾ ਫੋਰਮ ਹੈ, ਇਹਦਾ ਆਧਾਰ ਸਿੱਖ ਪੋਲੀਟਿਕਸ। ਫਿਰ ਜਿਹੜੇ ਸਾਡੇ ਪੁਰਾਣੀ ਇਸ਼ੂਜ਼ ਹੈਗੇ ਆ, ਜਿਵੇਂ ਚੰਡੀਗੜ੍ਹ ਦਾ ਜਾਂ ਪਾਣੀਆਂ ਦਾ, ਇਹਨੂੰ ਇੱਕ ਇਨੋਵੇਟਿਵ ਤਰੀਕੇ ਨਾਲ ਰਿਜ਼ੋਲਵ ਸਟੇਟਸ ਦਾ ਜ਼ਿਕਰ ਤੁਸੀਂ ਕੀਤਾ, ਤਾਂ ਕੀ ਮਤਲਬ ਪੰਜਾਬ ਨੂੰ ਵੱਖਰਾ ਦਰਜਾ, ਵੱਖਰਾ ਜਿਹੜਾ ਹੈਗਾ ਰਾਜ ਦਿੱਤਾ ਗਿਆ? ਜਿਹੜਾ ਨਹੀਂ, ਜਿਹੜਾ ਸਪੈਸ਼ਲ ਕੈਟਾਗਰੀ ਸਟੇਟਸ ਹੁੰਦਾ, ਇਹ ਪਿਓਰਲੀ ਫਾਈਨੈਂਸ਼ੀਅਲ ਇਸ਼ੂ ਦੇ ਉੱਤੇ ਹੁੰਦਾ। ਕੀ ਸਮਝੀਏ ਇਸਨੂੰ, ਇੱਕ ਨਵੀਂ ਸਿਆਸੀ ਧਿਰ ਹੈ ਜਿਹੜੀ ਹੁਣ ਪੰਜਾਬ ਦੇ ਵਿੱਚ ਉੱਭਰਦੀ ਹੋਈ ਨਜ਼ਰ ਆ ਰਹੀ? ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਨੀਤੀ ਘੜਨੀ ਆ, ਉਹ ਪੰਜਾਬ ਸੈਂਟਰਿਕ ਹੋਣੀ ਚਾਹੀਦੀ ਹੈ। ਜਿਵੇਂ ਹੁਣ ਜਿਹੜੀਆਂ ਨੀਤੀ ਘੜੀਆਂ ਜਾ ਰਹੀਆਂ, ਹੁਣ ਜਿਹੜੀ ਇੰਡਸਟਰੀ ਵੀ ਲਿਆਂਦੀ ਜਾ ਰਹੀ ਹੈ ਜਾਂ ਜਾ ਕੇ ਉਹਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ। ਅਕਾਲੀ ਉਹ ਲਹਿਰ ਨੂੰ, ਅਕਾਲੀ ਦਲ ਨੂੰ ਵੀ ਉਹ ਟਰਾਂਸਫੋਰਮੇਸ਼ਨ ਤਾਂ ਕਰਨੀ ਪਈ ਮੋਗਾ ਕਾਨਫਰੰਸ ਕਰਕੇ, ਉਹਨਾਂ ਨੂੰ ਵੀ ਜਿਹੜੀ ਪਾਰਟੀ ਹੈ ਉਹ ਆਪਣੀ ਆਈਡੀਓਲੋਜੀ ਬਦਲਣੀ ਪਈ, ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਫਿਰ ਉਹ ਅਕਾਲੀ ਦਲ ਵਾਲੀ ਲਹਿਰ ਨੂੰ ਸਸਟੇਨ ਕਰਨਾ ਸੌਖਾ ਤੁਹਾਡੇ ਵਾਸਤੇ ਵੀ? ਪੰਜਾਬ ਦੀ ਸਿਆਸਤ ਦੇ ਵਿੱਚ ਅਜੇਪਾਲ ਬਰਾੜ ਹੋਣੀ ਮਿਸਲ ਸਤਲੁਜ ਦੇ ਰਾਹੀਂ ਗੱਲ ਪੰਥ ਦੀ, ਗੱਲ ਪੰਜਾਬ ਦੀ ਲੈ ਕੇ ਆਏ ਨੇ, ਤਾਂ ਕੀ ਖਰੜਾ ਇਹਨਾਂ ਨੇ ਤਿਆਰ ਕੀਤਾ, ਇਹਨਾਂ ਦਾ ਟੀਚਾ ਕੀ ਹੈ, ਔਰ 27 ਦੇ ਵਾਸਤੇ ਕੀ ਕੁਛ ਤਿਆਰੀਆਂ ਕਰ ਰਹੇ ਨੇ? ਗੱਲਬਾਤ ਕਰਦੇ ਹਾਂ ਅਜੇਪਾਲ ਬਰਾੜ ਉਹਨਾਂ ਦੇ ਨਾਲ। ਬਰਾੜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਆਪਣਾ ਇਹ ਟੀਚੇ ਅਤੇ ਮਨੋਰਥ ਜਿਹੜੇ ਨੇ ਉਹ ਪੇਸ਼ ਕੀਤੇ ਨੇ, ਮੋਟਾ ਮੋਟਾ ਜਿੰਨਾ ਕੁ ਅਸੀਂ ਪੜ੍ਹਿਆ, ਔਰ ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਤੱਕ ਵੀ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਕੀ ਸਮਝੀਏ ਇਸਨੂੰ, ਇੱਕ ਨਵੀਂ ਸਿਆਸੀ ਧਿਰ ਹੈ ਜਿਹੜੀ ਹੁਣ ਪੰਜਾਬ ਦੇ ਵਿੱਚ ਉੱਭਰਦੀ ਹੋਈ ਨਜ਼ਰ ਆ ਰਹੀ ਹੈ? ਇਹ ਆਪਾਂ ਨਾ ਮਾਰਚ 'ਚ ਰਿਲੀਜ਼ ਕੀਤਾ ਸੀਗਾ ਡਾਕੂਮੈਂਟ, ਇਹ ਕਿਹਾ ਸੀਗਾ ਵੀ ਮਾਰਚ ਤੋਂ ਲੈ ਕੇ ਇੱਕ ਸਾਲ ਵਾਸਤੇ ਇਹਨੂੰ ਆਪਾਂ ਓਪਨ ਰੱਖਾਂਗੇ। ਖਰੜਾ ਹੈਗਾ ਇਹਦੇ ਵਿੱਚ ਜੋ ਪਿਛਲੇ ਸਮੇਂ ਤੋਂ ਆਪਣਾ ਵਿਦਨ ਇੰਡੀਅਨ ਕੋਨਸਟੀਟਿਊਸ਼ਨ, ਮਤਲਬ ਯੂਨੀਅਨ ਆਫ ਇੰਡੀਆ ਦਾ ਪਾਰਟ ਹੋ ਕੇ ਸਿੱਖਾਂ ਨੇ ਜੋ ਸਟਰਗਲਸ ਲੜੀਆਂ ਜਾਂ ਪੰਜਾਬ ਵਾਸਤੇ ਜੋ ਚਾਹੀਦਾ ਆਪਾਂ ਨੂੰ, ਉਹਦੀ ਗੱਲ ਕੀਤੀ ਹੈ। ਇਹ ਮੁੱਖ ਤੌਰ 'ਤੇ ਤਿੰਨ ਹਿੱਸੇ ਹੈਗੇ ਆ ਇਹਦੇ। ਇੱਕ ਤਾਂ ਇਹ ਹੈ ਕਿ ਵੀ ਪੰਜਾਬ ਦਾ ਕੇਂਦਰ ਨਾਲ ਰਿਲੇਸ਼ਨਸ਼ਿਪ ਕਿਹੋ ਜਿਹਾ ਹੋਵੇ, ਉਹਦੀ ਰੀਐਡਜਸਟਮੈਂਟ ਕਿਸ ਬੇਸਿਸ 'ਤੇ ਹੋਵੇ। ਉੱਥੇ ਆਪਾਂ ਇਹ ਮੰਗ ਕਰਦੇ ਹਾਂ ਕਿ ਵੀ ਇਹ ਆਰਟੀਕਲ 371 ਜਿਵੇਂ ਨਾਗਾਲੈਂਡ ਨੂੰ, ਮਿਜ਼ੋਰਮ ਨੂੰ ਮਿਲਿਆ ਹੋਇਆ, ਉਹ ਰਾਈਟਸ ਆਪਾਂ ਨੂੰ ਮਿਲਣ। ਆਰਥਿਕ ਤੌਰ 'ਤੇ ਵੀ ਸਾਨੂੰ
ਜਿਹੜੀ ਹੈਗੀ ਆ ਸਪੈਸ਼ਲ ਕੈਟਾਗਰੀ ਸਟੇਟਸ 'ਚ ਲਿਆਉਂਦਾ ਜਾਵੇ। ਫਿਰ ਜਿਹੜੇ ਸਾਡੇ ਪੁਰਾਣੀ ਇਸ਼ੂਜ਼ ਹੈਗੇ ਆ ਜਿਵੇਂ ਚੰਡੀਗੜ੍ਹ ਦਾ ਜਾਂ ਪਾਣੀਆਂ ਦਾ, ਇਹਨੂੰ ਇੱਕ ਇਨੋਵੇਟਿਵ ਤਰੀਕੇ ਨਾਲ ਰਿਜ਼ੋਲਵ ਸਟੇਟਸ ਦਾ ਜ਼ਿਕਰ ਤੁਸੀਂ ਕੀਤਾ ਤਾਂ ਕੀ ਮਤਲਬ ਪੰਜਾਬ ਨੂੰ ਵੱਖਰਾ ਦਰਜਾ, ਵੱਖਰਾ ਜਿਹੜਾ ਹੈਗਾ ਰਾਜ ਦਿੱਤਾ ਜਾਵੇ? ਜਿਹੜਾ ਨਹੀਂ, ਜਿਹੜਾ ਸਪੈਸ਼ਲ ਕੈਟਾਗਰੀ ਸਟੇਟਸ ਹੁੰਦਾ ਇਹ ਪਿਓਰਲੀ ਫਾਈਨੈਂਸ਼ੀਅਲ ਇਸ਼ੂ ਦੇ ਉੱਤੇ ਹੁੰਦਾ। ਫਾਈਨੈਂਸ਼ੀਅਲ ਇਸ਼ੂ 'ਚ ਆਏ ਆ ਕਿ ਵੀ ਤੁਸੀਂ ਉਹਨੂੰ 90% ਗ੍ਰਾਂਟ, 90% ਤੱਕ ਗ੍ਰਾਂਟ ਮਿਲਦੀ ਆ, ਉਹ ਗ੍ਰਾਂਟਸ ਅਗਲੇ ਸਾਲ ਤੱਕ ਕੈਰੀ ਔਨ ਹੋ ਜਾਂਦੀਆਂ। ਟੈਕਸੇਸ਼ਨ ਰਿਲੀਫਸ ਹੁੰਦੀਆਂ ਜਿਹੜੀਆਂ ਕਿ ਹੁਣ ਜਿਵੇਂ ਪੈਕੇਜਸ ਮਿਲ ਜਾਂਦੇ ਆ ਜਾਂ ਫਿਰ ਹੈ ਨਾ, ਹੁਣ ਉਹਦੀ ਜਗ੍ਹਾ ਪੈਕੇਜ ਦੇਣ ਲੱਗ ਗਏ ਉੱਨੀ ਅਮਾਊਂਟ ਦੇ, ਤਾਂ ਆਪਾਂ ਵੇਖਿਆ ਆ ਬਿਹਾਰ ਨੂੰ ਅਤੇ ਇਹਨਾਂ ਨੂੰ ਮਿਲੇ ਆ, ਤਾਂ ਉਸ ਤਰ੍ਹਾਂ ਦੀ ਮੰਗ ਆ। ਦੂਜੀ ਸਾਡੀ ਜਿਹੜੀ ਕਲਚਰਲ ਸੱਭਿਆਚਾਰਕ ਪ੍ਰਜ਼ਰਵੇਸ਼ਨ ਹੈਗੀ ਆ ਨਾ, ਉਹਨੂੰ ਸੱਭਿਆਚਾਰ ਸਾਡਾ ਜਿਹੜਾ ਬਦਲ ਰਿਹਾ ਆਬਾਦੀ ਦੇ ਤਵਾਜਨ ਹਿੱਲਣ ਕਰਕੇ, ਉਹਦੇ 'ਚ ਉਹਨੂੰ ਬਚਾਇਆ ਜਾਵੇ। ਸੋ ਜੋ ਉਹਨਾਂ ਨੂੰ ਮਿਲਿਆ ਹੋਇਆ, ਜੇ ਨਾਗਾਲੈਂਡ ਨੂੰ ਮਿਲ ਸਕਦਾ ਹੈ, ਜੇ ਮਿਜ਼ੋਰਮ ਨੂੰ ਮਿਲ ਸਕਦਾ, ਤੇਲੰਗਾਨਾ ਨੂੰ ਕੁਛ ਮਿਲ ਸਕਦਾ, ਤਾਂ ਸਾਡਾ ਵੀ, ਜਾਂ ਹਿਮਾਚਲ ਨੂੰ ਮਿਲ ਸਕਦਾ, ਤਾਂ ਸਾਡਾ ਵੀ ਉਨਾ ਹੀ ਬੁਨਿਆਦੀ ਹੱਕ ਆ। ਤਾਂ ਉਹਦਾ ਕਾਰਨ ਇਹ ਹੈ ਕਿ ਵੇਖੋ, ਅਸੀਂ ਸਾਡੀ ਕੰਟਰੀਬਿਊਸ਼ਨ ਵੀ ਬਹੁਤ ਜ਼ਿਆਦਾ ਹੈ ਇਸ ਸਟੇਟ ਦੀ ਇੰਡੀਪੈਂਡੈਂਸ ਸਟਰਗਲ 'ਚ, ਹੁਣ ਵੀ ਡਿਫੈਂਸ 'ਚ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਆ ਕਿ ਵੀ ਐਗਰੀਕਲਚਰ 'ਚ ਆਪਾਂ ਫੂਡ ਗ੍ਰੇਨ ਸਿਕਿਉਰਿਟੀ ਦੇ ਰਹੇ ਹਾਂ, ਜਿਹਦੇ ਸਾਰੀ ਗੱਲ 'ਤੇ ਅੱਜ ਡੈਮੋਕ੍ਰੇਸੀ ਟਿਕੀ ਵੀ ਇਸ ਦੇਸ਼ ਦੀ। ਸੋ ਜਿਸ ਤਰੀਕੇ ਦੀ ਕੰਟਰੀਬਿਊਸ਼ਨ ਹੈਗੀ ਆ, ਉਸ ਤਰੀਕੇ ਦਾ ਜੇ ਕਮਾਊ ਪੁੱਤ ਆ ਤਾਂ ਉਹਨੂੰ ਉਹਦਾ ਦਰਜਾ ਮਿਲਣਾ ਚਾਹੀਦਾ। ਦੂਜਾ ਪਾਰਟ ਜਿਹੜਾ ਹੈਗਾ ਉਹ ਹੈਗਾ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਨੀਤੀ ਘੜਨੀ ਆ, ਉਹ ਪੰਜਾਬ ਸੈਂਟ੍ਰਿਕ ਹੋਣੀ ਚਾਹੀਦੀ ਆ। ਜਿਵੇਂ ਹੁਣ ਜਿਹੜੀਆਂ ਨੀਤੀ ਘੜੀਆਂ ਜਾ ਰਹੀਆਂ, ਹੁਣ ਜਿਹੜੀ ਇੰਡਸਟਰੀ ਵੀ ਲਿਆਉਂਦੀ ਜਾ ਰਹੀ ਆ ਜਾਂ ਜਾ ਕੇ ਉਹਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਉਹਦਾ ਤਾਂ ਹੀ ਵਿਰੋਧ ਹੁੰਦਾ। ਹੁਣ ਟੈਕਸਟਾਈਲ ਇੰਡਸਟਰੀ ਦੀ ਕੋਸ਼ਿਸ਼ ਕੀਤੀ ਗਈ, ਉਹ ਪਤਾ ਵੀ ਪੋਲਿਊਟ ਕਰ ਦੂਗੀ ਪਾਣੀ ਨੂੰ, ਉਹਨੂੰ ਪੰਜਾਬ ਦੇ ਅਗੇਂਸਟ ਭੁਗਤਦੀ ਆ, ਉੰਨਾ ਹੀ ਉਹ ਜਿੰਨਾ ਕੋਲ ਰੈਵਨਿਊ ਦੇਊਗੀ ਉਨੀਆਂ ਕੋਲ ਬਿਮਾਰੀਆਂ ਦੇ ਦੂਗੀ। ਸੋ ਹਰ ਚੀਜ਼ ਦੇ ਵਿੱਚ ਆਪਾਂ ਇਹ ਗੱਲ ਕੀਤੀ ਆ ਕਿ ਵੀ ਸਾਨੂੰ ਪੰਜਾਬ ਸੈਂਟ੍ਰਿਕ ਹੈਲਥ ਬਾਰੇ ਕੀ ਹੋਣਾ ਚਾਹੀਦਾ, ਐਜੂਕੇਸ਼ਨ ਬਾਰੇ ਕੀ ਹੋਣਾ ਚਾਹੀਦਾ, ਪ੍ਰਦੂਸ਼ਣ ਪੋਲਿਊਸ਼ਨ ਬਾਰੇ ਆਪਾਂ ਕੀ ਸੋਚ ਰੱਖਦੇ ਹਾਂ, ਇੰਡਸਟਰੀ ਬਾਰੇ ਕੀ ਰੱਖਦੇ ਹਾਂ, ਅਤੇ ਐਗਰੀਕਲਚਰ ਬਾਰੇ ਕੀ ਰੱਖਦੇ। ਹੁਣ ਪ੍ਰਦੂਸ਼ਣ ਨੂੰ ਹੀ ਲੈ ਕੇ ਜਿਵੇਂ ਉਹਦੇ 'ਚ ਇਹ ਬੜਾ ਕਲੀਅਰ ਹੈਗੀ ਆ ਕਿ ਜਿਹੜੀ ਚੀਜ਼ ਗਰਾਊਂਡ ਵਾਟਰ ਗੰਦਾ ਜਾ ਰਿਹਾ ਉਹਨੂੰ ਇਮੀਜੀਏਟਲੀ ਰੋਕਿਆ ਜਾਵੇ, ਬਾਕੀ ਜਿਹੜੀ ਕੋਈ ਇੰਡਸਟਰੀ ਪੋਲਿਊਸ਼ਨ ਕਰ ਰਹੀ ਹੈ ਜਾਂ ਕੁਛ ਕਰ ਰਹੀ ਹੈ ਉਹਨੂੰ ਸਟੈਗਰਡ ਢੰਗ ਨਾਲ ਰੋਕਿਆ ਜਾਵੇ। ਇਹ ਨਹੀਂ ਕਿ ਵੀ ਆਪਾਂ ਇੰਡਸਟਰੀ ਬੰਦ ਕਰਾਉਣ ਤੁਰ ਪਈਏ, ਉਹਦਾ ਇਹ ਹੋਣਾ ਚਾਹੀਦਾ ਹੈ ਕਿ ਵੀ ਆਪਾਂ ਉਹਨੂੰ ਜਿਵੇਂ ਇੰਜਨਸ ਦਾ ਆਇਆ ਸੀ BS4, BS5, BS6, ਐਂ ਇੱਕ ਟਾਈਮ ਪਲਾਨ ਹੋਵੇ ਅਤੇ ਗਵਰਮੈਂਟ ਸਿੰਸੀਅਰਲੀ ਰੋਕ ਕੇ ਉਹਨੂੰ ਨਵੀਂ ਪੋਲਿਊਟਿੰਗ ਇੰਡਸਟਰੀ ਲੱਗਣੀ ਨਹੀਂ ਚਾਹੀਦੀ, ਉਹ ਆਪਾਂ ਇੰਡਸਟਰੀਆਂ ਲੱਭੀਏ। ਫਿਰ ਇੰਡਸਟਰੀ ਡਿਵੈਲਪਮੈਂਟ ਦੇ ਵਿੱਚ ਪੰਜਾਬ ਦੀ ਬਹੁਤ ਰਵਾਇਤੀ ਇੰਡਸਟਰੀ ਆ, ਹੈਂਡ ਟੂਲਸ, ਆਟੋਮੋਬਾਈਲ ਪਾਰਟਸ, ਸਪੋਰਟਸ ਗੁੱਡਸ, ਸਾਈਕਲ, ਸਵਿੰਗ ਮਸ਼ੀਨ, ਇਹ ਆਪਾਂ ਸਮਝ ਲਓ ਗਵਾ ਹੀ ਚੁੱਕੇ ਹਾਂ। ਇਹਨੂੰ ਗਵਾਉਣ ਇਹਦੇ ਜਿਹੜੇ ਨਾ ਇਹਦੇ ਵਿੱਚ ਇਹ ਨਾ ਕਾਮਯਾਬ ਹੋਣ ਦਾ ਕਾਰਨ ਦੱਸ ਦੇ ਸਕਦੇ ਆ, ਬਟ ਬੇਸਿਕਲੀ ਕੀ ਹੈ ਕਿ ਗਵਰਨਮੈਂਟ ਦੀ ਅਟੈਨਸ਼ਨ ਹੀ ਨਹੀਂ ਪਿਛਲੇ 25 ਸਾਲ ਤੋਂ। ਮੈਂ ਆਪ ਇੰਡਸਟਰੀ ਰਨ ਕੀਤੀ ਆ, ਕੋਈ ਇਨਫਰਾਸਟ੍ਰਕਚਰ ਨਹੀਂ ਇੰਡਸਟਰੀ ਵਾਲੇ ਨੂੰ, ਕੋਈ ਉਹਨੂੰ ਉਹਦੇ ਕੋਈ ਰੋਡਸ ਹੋਣ, ਉਹਨੂੰ ਕੋਈ ਇੰਡਸਟਰੀਅਲ ਪਾਰਕਸ ਚੰਗੇ ਹੋਣ, ਇਲੈਕਟ੍ਰਿਸਿਟੀ ਮਿਲ ਰਹੀ ਹੋਵੇ ਚੀਪਰ, ਕੁਛ ਨਹੀਂ ਮਿਲਦਾ। ਤਾਂ ਉਹ ਜਦੋਂ ਆਪਾਂ ਧਿਆਨ ਦੇਵਾਂਗੇ ਤਾਂ ਨੈਚੁਰਲੀ ਸਾਡੀ GDP ਅਤੇ ਉਹ ਸਾਰਾ ਕੁਛ ਵਧੂਗਾ, ਰੁਜ਼ਗਾਰ ਦੇ ਐਵਨਿਊਜ਼ ਵੀ ਵਧਣਗੇ। ਸੋ ਇਸ ਤਰੀਕੇ ਦੀਆਂ ਕੁਛ ਆਪਣੀਆਂ ਸੋਚ ਹੈਗੀ ਆ। ਐਗਰੀਕਲਚਰ ਬਾਰੇ ਆਪਾਂ ਬੜੇ ਕਲੀਅਰ ਹਾਂ ਕਿ MSP ਠੀਕ ਆ, ਮਿਲਣੀ ਚਾਹੀਦੀ ਆ, ਬਟ ਬਿਓਂਡ MSP ਆਪਾਂ ਕਿਵੇਂ ਸਰਵਾਈਵ ਕਰਾਂਗੇ ਜੇ ਸਾਡਾ ਮਾਰਕ ਫੈਡ, ਸਾਡਾ ਮਿਲਕ ਫੈਡ ਰਾਈਟ ਲਾਈਨਸ? ਆਪਾਂ ਤਾਂ ਪਿਛਲੇ ਆ ਵੇਖੋ, ਆਹ ਮਿਲਕ ਫੈਡ ਦਾ ਤਾਂ ਹੁਣ ਕਿੰਨਾ ਆ ਪਿਆ ਵਿਆ, ਅਤੇ ਐਨੀਮਲ ਹਸਬੈਂਡਰੀ ਇੱਕ ਐਸੀ ਇੰਡਸਟਰੀ ਆ ਜਿਹੜੀ 10% ਦੇ ਰੇਟ 'ਤੇ ਗਰੋ ਕਰ ਗਈ। ਇਹ ਨਹੀਂ ਸਰਕਾਰਾਂ ਨੂੰ ਪਤਾ ਨਹੀਂ, 2015 'ਚ ਪ੍ਰਮੋਦ ਕੁਮਾਰ ਹਰਿਆਣਾ ਨੇ ਇੱਕ ਪੇਪਰ ਵਿਜ਼ਨ ਡਾਕੂਮੈਂਟ ਛਾਪਿਆ ਸੀ, ਉਹਦੇ 'ਚ ਉਹਨਾਂ ਦੱਸਿਆ ਵੀ ਕਿ ਐਨੀਮਲ ਹਸਬੈਂਡਰੀ 10% ਦੇ ਰੇਟ 'ਤੇ ਗਰੋ ਕਰ ਰਹੀ ਆ। ਤਾਂ ਉਹ ਜੀ ਗੱਲਾਂ ਹੈ ਜਿਹੜਾ ਤੁਸੀਂ ਨਾਰਾ ਦਿੱਤਾ ਹੈ ਕਿ ਹਮ ਅਕਾਲੀ ਸਬਕੇ ਵਾਲੀ ਹਮਾਰਾ ਪੰਥ ਨਿਆਰਾ ਹੈ, ਤਾਂ ਕੀ ਇਹਨੂੰ ਇਹ ਮੰਨੀਏ ਕਿ ਤੁਸੀਂ ਇੱਕ ਨਵਾਂ ਹੁਣ ਅਕਾਲੀ ਦਲ ਸਿਰਜ ਰਹੇ ਹੋ, ਨਵਾਂ ਅਕਾਲੀ ਦਲ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ? ਦੇਖੋ, ਅਕਾਲੀ ਦਲ ਇੱਕ ਪਾਰਟੀ ਉਵੇਂ ਪਾਰਟੀ ਨਹੀਂ ਗੀ ਜਿਵੇਂ ਬਾਕੀ ਪਾਰਟੀਆਂ ਹੈਗੀਆਂ ਨਾ,
ਇਹ ਅਕਾਲੀ ਲਹਿਰ ਇੱਕ ਇੱਕ ਲਹਿਰ ਆ, ਇੱਕ ਸੋਚ ਆ, ਇੱਕ ਮੂਵਮੈਂਟ ਆ। ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ, ਉਹਨੇ ਪਿਛਲੇ 25-30 ਸਾਲਾਂ ਤੋਂ ਇਸ ਸੋਚ ਤੋਂ ਹੌਲੀ 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 ਉਹ ਦੂਰ ਹੋ ਗਈ। ਠੀਕ ਆ, ਉਹਨੇ ਜਿਹੜੀ ਫੰਡਾਮੈਂਟਲ ਗੱਲਾਂ 'ਤੇ ਜਿਹੜੀ 'ਤੇ ਅਕਾਲੀ ਦਲ ਦਾ ਕੰਮ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰਡ ਦੇ ਤੌਰ 'ਤੇ ਕੰਮ ਕਰਨਾ, ਗੁਰਦੁਆਰੇ ਪ੍ਰਬੰਧ ਵਾਸਤੇ ਜਾਂ ਗੁਰਦੁਆਰਾ ਸਿੱਖਾਂ ਦੇ ਹੱਕਾਂ ਵਾਸਤੇ ਲੜਨਾ, ਪਲੱਸ ਸੂਬੇ ਦੇ ਵੱਡੇ ਜ਼ਿਆਦਾ ਅਧਿਕਾਰਾਂ ਵਾਸਤੇ ਕਰਨਾ, ਸਿੱਖਾਂ ਦੀ ਵੱਖਰੀ ਪਛਾਣ ਵਾਸਤੇ ਸਟੈਂਡ ਲੈਣਾ, ਸਿਹਤ ਦੇ ਵਿੱਚ ਆਰਥਿਕਤਾ 'ਚ ਗੈਪ ਘਟਣੇ, ਆਰਥਿਕਤਾ ਬਿਹਤਰ ਕਰਨੀ, ਇਹਨਾਂ ਸਾਰਿਆਂ ਤੋਂ ਹਟ ਕੇ ਇੱਕ ਉਸ ਏਜੰਡੇ 'ਤੇ ਤੁਰ ਪਈ ਹੈ ਜਿਹ 'ਤੇ ਦੂਜੀਆਂ ਪਾਰਟੀਆਂ, ਨੈਸ਼ਨਲ ਪਾਰਟੀਆਂ ਚੱਲ ਰਹੀਆਂ। ਸੋ ਆਪਾਂ ਉਸ ਲਹਿਰ ਨੂੰ ਜਾਂ ਉਸ ਭਾਵਨਾ ਨੂੰ, ਜਿਹੜੀ ਕਿ ਭਾਵਨਾ ਪਈ ਆ ਗਰਾਊਂਡ 'ਤੇ, ਉਹ ਆਪਾਂ ਵੇਖਿਆ ਵੀ ਆ ਕਿ ਇੱਕ ਪੰਥਕ ਭਾਵਨਾ ਜਿਹੜੀ ਆ ਉਹ ਖਤਮ ਨਹੀਂ ਹੋਈ, ਚੋਣਾਂ ਨਹੀਂ ਵਿਖਾਇਆ ਕੇਵਲ, ਤਾਂ ਉਸ ਚੀਜ਼ ਨੂੰ ਆਪਾਂ ਜੱਥੇਬੰਦ ਕਰਨਾ ਚਾਹੁੰਦੇ ਹਾਂ। ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਅਸਲ ਅਕਾਲੀ ਦਲ ਜਿਹੜਾ ਹੈਗਾ ਜਾਂ ਅਕਾਲੀ ਲਹਿਰ ਜਿਹੜੀ 1920 ਚੱਲੀ ਸੀ, ਉਹਦੀ ਸੋਚ ਨੂੰ ਅੱਗੇ ਜੱਥੇਬੰਦ ਕਰਕੇ ਫਾਇਦਾ ਕਿਹਨੂੰ ਮਿਲੂਗਾ, ਕੌਣ ਇਸ ਤੋਂ ਫਿਰ ਲਾਹਾ ਲਊਗਾ, ਕੌਣ ਫਾਇਦਾ ਲਊਗਾ? ਕਿਉਂਕਿ ਇੱਕ ਅਕਾਲੀ ਦਲ ਦੇ ਉੱਤੇ ਤਾਂ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ, ਇੱਕ ਅਕਾਲੀ ਦਲ ਦੇ ਉੱਤੇ ਜਿਹੜਾ ਬਾਗੀ ਧੜਾ ਹੈਗਾ ਉਹ ਬੈਠਾ ਹੋਇਆ, ਇਹ ਫਾਇਦਾ ਕਿਵੇਂ ਤੁਸੀਂ ਕਿਸ ਨੂੰ ਦਿਵਾਉਣ ਦੀ ਕੋਸ਼ਿਸ਼? ਆਪਾਂ ਤਾਂ ਆਪ ਪੋਲੀਟੀਕਲੀ ਐਕਟਿਵ ਹੋਵਾਂਗੇ, ਤਾਂ ਕੋਈ ਜ਼ਰੂਰੀ ਤਾਂ ਨਹੀਂ ਨਾ ਵੀ ਅਕਾਲੀ ਭਾਵਨਾ ਨੂੰ ਮੈਨੀਫੈਸਟ ਕਰਨ ਵਾਸਤੇ ਜਾਂ ਅਕਾਲੀ ਲਹਿਰ ਨੂੰ ਮੈਨੀਫੈਸਟ ਕਰਨ ਤੁਹਾਡਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਹੋਵੇ। ਗੱਲ ਤਾਂ ਇਹ ਹੈ ਕਿ ਵੀ ਉਹ ਲੋਕ ਜਿਹੜੇ ਉਸ ਥੋਟ ਨੂੰ ਲੈ ਕੇ ਚੱਲ ਰਹੇ ਆ ਉਹ ਆਇਡੈਂਟੀਫਾਈ ਹੋਣ ਲੱਗ ਜਾਣਗੇ। ਨਾਮ ਵੱਖਰਾ ਹੈ ਪਰ ਜਿਹੜੀ ਸੋਚ ਹੈ, ਜਿਹੜੀ ਚੀਜ਼ਾਂ ਨੇ, ਉਹ ਸਾਰੀਆਂ ਉਹ ਅਕਾਲੀ ਦਲ, ਪੁਰਾਣੀ ਰਵਾਇਤੀ ਅਕਾਲੀ ਦਲ। ਵੈਸੇ ਤੁਹਾਨੂੰ ਇਤਿਹਾਸਿਕ ਤੌਰ 'ਤੇ ਦੱਸਾਂ ਕਿ ਜਿਹੜਾ ਅਕਾਲੀ ਦਲ ਹੁਣ ਬਣੀ ਆ, ਜਿਹੜੀ ਸ਼੍ਰੋਮਣੀ ਅਕਾਲੀ ਦਲ, ਉਹ ਜੱਥਿਆਂ ਦਾ ਨਾਂ ਵੀ ਅਕਾਲੀ ਜੱਥਾ ਨਹੀਂ ਰੱਖਿਆ ਸੀ ਪਹਿਲਾਂ, ਉਹ ਤਾਂ ਉਹਨਾਂ ਨੇ ਅਡੋਪਟ ਕਰ ਲਿਆ, ਮਤਲਬ ਹੌਲੀ ਹੌਲੀ ਕਹਿਣ ਲੱਗੇ ਕਿ ਇੱਕ ਨਿਊਜ਼ਪੇਪਰ ਸੀਗਾ ਅਕਾਲੀ, ਉਹਦੇ ਤੋਂ ਫਿਰ ਉਹਨਾਂ ਨੂੰ ਅਕਾਲੀ ਕਹਿਣ ਲੱਗ ਗਏ, ਤਾਂ ਉਹ ਇੱਕ ਕੌਨਸੀਕੁਐਂਸ ਆਫ ਹਿਸਟਰੀ ਆ, ਹੈ ਨਾ। ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਨਾ ਉਹ ਹੋਵੇ, ਅਤੇ ਇਹ ਵੀ ਆਪਣਾ ਆਪਾਂ ਵੀ ਕੋਈ ਆਏ ਨਹੀਂ ਗੇ ਕਿ ਵੀ ਕਿ ਹੋਰ ਜਿਹੜੇ ਜਿਹੜੇ ਵੀ ਇਸ ਥੋਟ ਦੇ ਲੋਕ ਹੋਣਗੇ, ਜਿਹੜੀ ਇਸ ਸੋਚ ਦੇ ਲੋਕ ਹੋਣਗੇ, ਆਪਾਂ ਡਾਕੂਮੈਂਟ ਵੀ ਤਾਂ ਹੀ ਕੀਤਾ ਕਿ ਵੀ ਸਾਡੀ ਆਹ ਸੋਚ ਆ, ਕੱਲ੍ਹ ਨੂੰ ਇਹ ਨਹੀਂ ਵੀ ਅੱਜ ਅਸੀਂ ਓਪਨ ਪਲੈਟਫਾਰਮ ਸਾਰੇ ਰਿਲੀਜਨਸ ਵਾਸਤੇ, ਇਹ ਸੈਕੂਲਰ ਇੱਕ ਪਲੈਟਫਾਰਮ ਹੋਏਗਾ, ਨੈਚੁਰਲੀ ਸੈਕੂਲਰ ਹੋਊਗਾ। ਕਿਉਂਕਿ ਵੇਖੋ ਜਦੋਂ ਆਪਾਂ ਸਿੱਖ ਥੋਟ ਦੀ ਗੱਲ ਕਰਦੇ ਹਾਂ ਪੰਜਾਬ 'ਚ, ਹੈ ਨਾ, ਉਹਨੇ ਜਦੋਂ ਉਹਦੇ 'ਚ ਕੋਨਸੈਪਟ ਹੀ ਸਰਬੱਤ ਦੇ ਭਲੇ ਦਾ, ਤਾਂ ਆਪਾਂ ਉਹਨਾਂ ਨੂੰ ਡਿਊ ਰਿਪ੍ਰਜੈਂਟੇਸ਼ਨ ਹਰੇਕ ਨੂੰ ਮਿਲਣੀ ਚਾਹੀਦੀ ਹੈ ਇਹਦੇ ਵਿੱਚ, ਹੈ ਨਾ। ਇਹ ਆ, ਹਾਂ, ਜਿਹੜੀ ਉਹਦੇ ਵਿੱਚ ਫੰਡਾਮੈਂਟਲ ਭਾਵਨਾ ਹੋਊਗੀ, ਹੈ ਨਾ, ਉਹ ਸਿੱਖੀ ਦੀ ਜਿਹੜੀ ਸਰਬੱਤ ਦੇ ਭਲੇ ਦੀ ਹਲੀਮੀ ਰਾਜ ਦੀ ਜਿਹੜੀ ਥੋਟ ਆ, ਹੈ ਨਾ, ਉਹ ਉਹਦੇ ਅੰਡਰ ਕਰੰਟ ਰਨ ਕਰੂਗਾ, ਪਰ ਉਹਦੇ ਨਾਲ ਹੋਰਾਂ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਵੀ ਫਾਇਦਾ ਹੋਊਗਾ। ਦੂਜੀ ਗੱਲ ਨਾ, ਇੱਕ ਗੱਲ ਜਿਹੜਾ ਹੁਣ ਪ੍ਰੈਜ਼ੈਂਟ ਪੰਜਾਬ ਆ, ਇਹ ਤਾਂ ਸਿੱਖੀ ਸਨੋਨਮਸ ਜੀ ਆ, ਠੀਕ ਹੈ ਨਾ। ਜੇ ਤੁਸੀਂ ਉਹ ਭਾਵਨਾ ਇੰਪਲੀਮੈਂਟ ਕਰ ਦਿੰਦੇ ਹੋ ਇੱਥੇ, ਹੈ ਤਾਂ ਤੁਸੀਂ ਵੇਖੋ ਜਿਹੜੇ ਵਰਗ ਪਛੜੇ ਹੋਏ ਆ ਜਾਂ ਜਿਹੜੇ ਵਰਗਾਂ ਨਾਲ ਆਪਾਂ ਜਿਨ੍ਹਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਤੁਸੀਂ ਉਹਨਾਂ ਨੂੰ ਬਰਾਬਰ ਲਿਆ ਸਕਦੇ ਹੋ। ਆਪਾਂ ਇੱਕ ਸਕੀਮ ਇਹਦੇ ਵਿੱਚ ਕਹਿੰਦੇ ਹਾਂ ਕਿ ਬਾਬਾ ਬੰਦਾ ਬਹਾਦਰ ਦੇ ਵਿਚਾਰਾਂ 'ਤੇ ਬੇਸਡ ਆਪਾਂ ਵਸੀਲਿਆਂ ਦੀ ਜਿਹੜੀ ਵਸੀਲਿਆਂ ਦੀ ਵੰਡ ਨਹੀਂ ਕਰਾਂਗੇ ਲੈਫਟ ਵਾਂਗੂ, ਆਪਾਂ ਨਵੇਂ ਜਿਹੜੇ ਵਸੀਲੇ ਕ੍ਰੀਏਟ ਕਰਾਂਗੇ ਉਹ ਨਵੇਂ ਬੰਦਿਆਂ ਨੂੰ, ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਕੋਲ ਵਸੀਲੇ ਹੈ ਨਹੀਂ ਗੇ। ਫੋਰ ਇਗਜ਼ਾਮਪਲ, ਆਹ ਸ਼ਹਿਰ ਵੱਸ ਰਿਹਾ ਮੋਹਾਲੀ ਐਡਾ ਵੱਡਾ, ਇਹਦੇ ਵਿੱਚ ਜਿਹੜੇ ਸੈਕਟਰਸ ਬਣਾ ਰਹੇ ਹਾਂ, ਇਹਦੇ 'ਚ ਹੁਣ EWSS ਦੇ ਮਕਾਨ ਹੈਗੇ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ, ਪਰ ਨਾਲ ਹੀ ਜੇ ਤੁਸੀਂ ਉਹਨਾਂ ਨੂੰ ਇੱਕ ਸ਼ੋਪਸ ਬੂਥ ਦੇ ਦਿਓ, ਇੱਕ ਸ਼ੋਪਸ ਦੇ ਦਿਓ, ਤਾਂ ਵੇਖੋ ਇੱਕ ਮਕਾਨ, ਇੱਕ ਦੁਕਾਨ ਜੀ ਨੂੰ ਵੀ ਮਿਲ ਜੇ ਜਾਂ ਤੁਹਾਨੂੰ ਮੈਨੂੰ ਮਿਲ ਜੇ ਇੱਕ ਸ਼ਹਿਰ ਦੇ ਵਿੱਚ, ਤਾਂ ਆਪਾਂ ਇਕਨੋਮਿਕਲੀ ਸਟੈਂਡ ਅਪ ਹੋ ਜਾਂਦੇ, ਠੀਕ ਹੈ ਨਾ, ਆਪਾਂ ਇਕਨੋਮਿਕਲੀ ਸੇਫ ਹੋ ਜਾਂਦੇ ਹਾਂ। ਤਾਂ ਕਿ ਰਵਾਇਤੀ ਪਾਰਟੀਆਂ ਦੇ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਉਹਨਾਂ ਦੇ ਕੋਲ ਪੈਸਾ, ਉਹਨਾਂ ਦੇ ਕੋਲ ਇਨਫਰਾਸਟ੍ਰਕਚਰ, ਉਹਨਾਂ ਦੇ ਕੋਲ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਹੁੰਦੀਆਂ ਨੇ, ਤਾਂ ਤੁਸੀਂ ਕਿਵੇਂ ਆਪਣੀ ਰੂਪ ਰੇਖਾ ਦੇਖ ਰਹੇ ਹੋ, ਕਿਵੇਂ ਤੁਸੀਂ ਉਹਨਾਂ ਦੇ ਪੈਰਲਰ ਇਹ ਲੜਾਈ ਲੜਦੇ ਹੋਏ ਨਜ਼ਰ ਆਉਂਦੇ? ਦੇਖੋ, ਇਸ 'ਚ ਕੋਈ ਡਾਊਟ ਨਹੀਂ ਕਿ ਕਿਸੇ ਵੀ ਆਪਣਾ ਔਰਗਨਾਈਜੇਸ਼ਨ ਵਾਸਤੇ, ਕਿਸੇ ਵੀ ਇਲੈਕਟੋਰਲ ਪ੍ਰੋਸੈਸ 'ਚ ਜਿਹੜੀ ਪਾਰਟੀ ਹੁੰਦੀ ਆ, ਉਹਦੇ ਵਾਸਤੇ ਵਸੀਲੇ ਹੋਣੇ ਬਹੁਤ ਅਹਿਮ ਹੈਗੇ ਆ, ਅਤੇ ਜਿੰਨੇ ਕੁ
ਅਸੀਂ ਇੰਟਰਨਲ ਸਾਡੀ ਕਰਾਊਡ ਫੰਡਿੰਗ ਕਹਿ ਲਓ ਜਾਂ ਕੁਛ ਹੈ ਉਹ ਪੋਸੀਬਲ ਹੈਗੀ ਆ, ਉਹ ਗੁੱਡ ਇਨਫ ਹੈਗੀ ਆ ਟੂ ਸਸਟੇਨ ਅ ਪਾਰਟੀ ਫੋਰ ਲੋਂਗ ਟਰਮ। ਠੀਕ ਆ, ਇੱਕ ਅਸੀਂ ਕੋਈ ਆਏ ਨਹੀਂ ਸੋਚ ਕੇ ਆਏ ਕਿ ਅਸੀਂ 27 ਦੇ ਇਲੈਕਸ਼ਨ ਅਤੇ 29 ਦੇ ਇਲੈਕਸ਼ਨ, ਲੋਂਗ ਟਰਮ ਸੋਚ ਕੇ ਆਏ ਕਿਉਂਕਿ ਰਿਸਣੀ ਚਾਹੀਦੀ ਆ ਪਾਰਟੀ ਅਤੇ ਉਹਦੀ ਥੋਟ ਚੰਗੀ ਤਰ੍ਹਾਂ ਥੱਲੇ, ਫਿਰ ਹੀ ਉਹ ਸਸਟੇਨੇਬਲ। ਕਿਸੇ ਏਰੀਏ ਦੇ ਵਿੱਚ ਇਹ ਰਿਸਣ ਲੱਗੀ ਹੈ ਤੁਹਾਨੂੰ ਲੱਗਦਾ ਕਿ ਹਾਂ ਉੱਥੇ ਸਾਡੀਆਂ ਜੜ੍ਹਾਂ ਲੱਗ ਗਈਆਂ, ਉੱਥੇ ਸਾਡੇ ਪੈਰ ਜਿਹੜੇ ਨੇ ਉਹ ਅਸੀਂ ਪਸਾਰਨੇ ਸ਼ੁਰੂ ਕਰ ਦਿੱਤੇ? ਆਪਾਂ ਤਕਰੀਬਨ ਇਸ ਟਾਈਮ 12 ਜ਼ਿਲ੍ਹਿਆਂ 'ਚ ਆਪਾਂ ਆਪਦੇ ਜ਼ਿਲ੍ਹੇ ਪ੍ਰਧਾਨ ਬਣਾਏ ਹੋਏ ਆ, ਉਹ ਹੁਣ ਅਗਸਤ ਦੇ ਫਸਟ ਵੀਕ 'ਚ ਆਪਾਂ ਸਟਰਕਚਰ ਵੀ ਅਨਾਊਂਸ ਕਰ ਦਾਂਗੇ, ਅਤੇ ਕੁਛ ਏਰੀਆਸ 'ਚ ਆਪਾਂ ਡੀਪਲੀ ਵੀ ਇਨਗ੍ਰੇਨ ਹੋ ਗਿਆ ਕਿ ਜਿੱਥੇ ਵੀ ਆਪਾਂ ਕਿਸੇ ਪ੍ਰੋਟੈਸਟ 'ਚ ਪਾਰਟ ਲਿਆ, ਆਪਾਂ ਇਹ ਵੇਖਿਆ ਜਿੱਥੇ ਵੀ ਪ੍ਰੋਟੈਸਟ 'ਚ ਪਾਰਟ ਲਿਆ ਜਾਂ ਲੋਕਾਂ ਵਾਸਤੇ ਆਪਾਂ ਲੜੇ ਹਾਂ, ਉੱਥੇ ਥੋੜ੍ਹੀ ਡੈਪਥ ਤੁਹਾਡੀ ਜ਼ਿਆਦਾ ਹੋ ਜਾਂਦੀ ਆ। ਮੇਰਾ ਖਿਆਲ ਆਉਣ ਵਾਲੇ ਟਾਈਮ 'ਚ ਇਹ ਜ਼ਰੂਰ ਵੇਖਿਆ ਜਾਊਗਾ, ਅਤੇ ਸਿੱਖ ਪੋਲੀਟਿਕਸ 'ਚ ਪਹਿਲਾਂ ਵੀ ਵੇਖਦੇ ਰਹੇ ਕਿ ਜਿਹੜੇ ਲੋਕ ਸੰਘਰਸ਼ 'ਚ ਰਹਿਣਗੇ, ਆਧਾਰ ਸਿੱਖ ਪੋਲੀਟਿਕਸ ਹੀ ਹੋਊਗਾ। ਮਿਸਲ ਸਤਲੁਜ ਦਾ ਜਿਹੜਾ ਇਹ ਫੋਰਮ ਹੈ, ਇਹਦਾ ਆਧਾਰ ਸਿੱਖ ਪੋਲੀਟਿਕਸ ਹੀ ਮੰਨ ਕੇ ਚੱਲੋ। ਜਦੋਂ ਆਪਾਂ ਕਹਿੰਦੇ ਅਸੀਂ ਅਕਾਲੀ ਲਹਿਰ ਨੂੰ ਲੈ ਕੇ ਚੱਲਦੇ ਹਾਂ, ਹੈ ਨਾ, 74 ਦੇ ਉਹਨਾਂ ਦੇ ਆਈਡੀਆਸ 'ਤੇ ਲੈ ਕੇ ਚੱਲਦੇ ਹਾਂ, ਤਾਂ ਜਿਹੜੀ ਅੰਡਰਲਾਈਨ ਕਰੰਟ ਹੋਊਗਾ ਅਕਾਲੀ ਉਹ ਲਹਿਰ ਨੂੰ, ਅਕਾਲੀ ਦਲ ਨੂੰ ਵੀ ਉਹ ਟਰਾਂਸਫਾਰਮੇਸ਼ਨ ਤਾਂ ਕਰਨੀ ਪਈ ਮੋਗਾ ਕਾਨਫਰੰਸ ਕਰਕੇ, ਉਹਨਾਂ ਨੂੰ ਵੀ ਜਿਹੜੀ ਪਾਰਟੀ ਹੈ ਉਹ ਆਪਣੀ ਆਈਡੀਓਲੋਜੀ ਬਦਲਣੀ ਪਈ, ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਫਿਰ ਉਹ ਅਕਾਲੀ ਦਲ ਵਾਲੀ ਲਹਿਰ ਨੂੰ ਸਸਟੇਨ ਕਰਨਾ ਸੌਖਾ ਤੁਹਾਡੇ ਵਾਸਤੇ ਵੀ ਰਹੂਗਾ? ਨਹੀਂ, ਵੇਖੋ ਜੇ ਤਾਂ ਆਪਾਂ ਇਹੀ ਸੋਚ ਕੇ ਬਹਿ ਗਏ ਕਿ ਹਾਂਜੀ ਅਸੀਂ ਤਾਂ ਮੈਜੋਰਿਟੀ 'ਚ ਰਾਜ 'ਚ ਆਉਣ ਦਾ ਹੀ ਗੇਮ ਖੇਡਣੀ ਆ, ਉਹ ਤਾਂ ਫਿਰ ਕੋਈ ਵੀ ਪਾਰਟੀ ਕਰ ਸਕਦੀ ਹੈ ਨਾ, ਉਦੋਂ ਤਾਂ ਨੰਬਰ ਆਫ ਅਦਰ ਮਾਡਲਸ ਵੀ ਹੋ ਸਕਦੇ ਆ। ਪਰ ਆਪਾਂ ਜਿਹੜੇ ਲੋਕਾਂ ਨੂੰ ਲਾਮ ਜਥੇਬੰਦ ਕਰ ਰਹੇ ਹਾਂ, ਥੋਟ 'ਤੇ ਕਰ ਰਹੇ ਹਾਂ, ਉਹ ਇਹ ਆ ਕਿ ਵੀ ਹਾਂ ਅਕਾਲੀ ਭਾਵਨਾ ਅਕਾਲੀ ਲਹਿਰ 'ਤੇ ਕਰਦੇ ਹਾਂ, ਤਾਂ ਉਹਦੇ ਜਿਹੜੇ ਪ੍ਰਿੰਸੀਪਲਸ ਰਹਿਣਗੇ ਉਹ ਤਾਂ ਨੈਚੁਰਲੀ ਉਹੀ ਰਹਿਣਗੇ। ਸਮੇਂ ਸਮੇਂ ਦੇ ਉੱਤੇ ਬਹੁਤ ਸਾਰੇ ਲੋਕ ਇਹ ਕੋਸ਼ਿਸ਼ਾਂ ਕਰਦੇ ਨੇ ਕਿ ਜਿਹੜਾ ਇਹ ਵੈਕਿਊਮ ਬਣਿਆ ਹੋਇਆ ਇਸਨੂੰ ਅਸੀਂ ਭਰਨ ਦੀ ਕੋਸ਼ਿਸ਼ ਕਰੀਏ, ਸ਼ਾਇਦ ਤੁਸੀਂ ਵੀ ਉਸੀ ਦੇ ਵਿੱਚ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਹੋ। ਦੂਸਰੇ ਪਾਸੇ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਜ਼ਿਕਰ ਕਰਦਾ, ਮੈਂ ਅੰਮ੍ਰਿਤਪਾਲ ਉਹਨਾਂ ਦਾ ਕਰਦਾ, ਉਹ ਕਹਿੰਦੇ ਕਿ ਅਸੀਂ ਵੀ ਨਵੀਂ ਪਾਰਟੀ ਬਣਾਉਣੀ ਹੈ, ਤਾਂ ਜੇ ਉਹ ਬਣਾਉਂਦੇ ਨੇ ਕਿ ਉਹਨਾਂ ਦਾ ਕੋਈ ਸਾਥ ਤੁਹਾਨੂੰ ਮਿਲਦਾ ਹੋਇਆ ਨਜ਼ਰ ਆਊਗਾ, ਜਾਂ ਤੁਸੀਂ ਉਹਨਾਂ ਨੂੰ ਸਾਥ ਆਪਣਾ ਦਿੰਦੇ ਹੋਏ ਨਜ਼ਰ ਆਉਂਗੇ? ਦੇਖੋ, ਗੱਲਬਾਤ ਕਰੋਗੇ ਉਹਨਾਂ ਨਾਲ? ਵੀ ਹਰੇ ਆ ਕੇ ਹੀ ਗਏ ਆ, ਹੈ ਨਾ, ਇੱਥੇ ਮੀਟਿੰਗ 'ਚ ਵੀ ਅੰਮ੍ਰਿਤ ਕੌਰ ਹੋਣੀ ਸਰਬਜੀਤ ਦੇ, ਅਤੇ ਉਹਦੇ ਇਲਾਵਾ ਪਿਛਲੀਆਂ ਚੋਣਾਂ ਦੇ ਵਿੱਚ ਆਪਣੇ ਬੰਦੇ ਭਾਈ ਸਰਬਜੀਤ ਸਿੰਘ ਨਾਲ ਸਰਗਰਮ ਵੀ ਸੀਗੇ। ਠੀਕ ਹੈ ਜੀ, ਬਟ ਇਹਦਾ ਇਹ ਆ ਕਿ ਬੁਨਿਆਦੀ ਗੱਲ ਇਹ ਆ ਕਿ ਆਪਾਂ ਇੱਕ ਡਾਕੂਮੈਂਟ ਰਿਲੀਜ਼ ਕੀਤਾ, ਡਾਕੂਮੈਂਟ ਦੇ ਵਿੱਚ ਕੁਛ ਟੀਚੇ ਹੈਗੇ ਆ, ਉਹਦੇ ਇਲਾਵਾ ਆਪਾਂ ਇੱਕ ਮਾਡਲ ਦਿੱਤਾ ਕਿ ਸਟਰਕਚਰ ਐਂ ਹੋਣਾ ਚਾਹੀਦਾ। ਠੀਕ ਹੈ, ਫੈਸਲੇ ਲੈਣ ਦੀ ਵਿਧੀ ਐਂ ਹੋਣੀ ਚਾਹੀਦੀ ਆ। ਜੇ ਇਹਦੇ 'ਤੇ ਤੁਹਾਡੀ ਲਾਰਜਰ ਸਹਿਮਤੀ ਬਣਦੀ ਆ, ਅੱਜ ਹੀ ਸਹਿਮਤੀ ਨਹੀਂ ਬਣਦੀ ਹੋਈ ਨਜ਼ਰ ਆ ਰਹੀ ਸੀ, ਅੱਜ ਵੀ ਥੋੜ੍ਹੇ ਬਹੁਤੇ ਜਿਹੜੇ ਬੁਲਾਰੇ ਸੀ ਉਹਨਾਂ ਦੀਆਂ ਆਪਸ ਵਿੱਚ ਗੱਲਾਂ ਜਿਹੜੀਆਂ ਸੀਗੀਆਂ ਉਹ ਕੰਟਰਡਿਕਟ ਕਰਦੀਆਂ, ਉਹ ਐਂ ਹੋਊਗਾ ਜੀ। ਜਦੋਂ ਤੁਸੀਂ ਵਿਦਵਾਨ ਇਕੱਠੇ ਕਰੋਗੇ ਨਾ, ਵਿਦਵਾਨ ਤਾਂ ਮੈਨੂੰ ਲੱਗਦਾ ਆਪਦੇ ਆਪ ਨਾਲ ਵੀ ਪੂਰਾ ਸਹਿਮਤ ਨਹੀਂ ਹੁੰਦਾ, ਉਹ ਆਪਾਂ ਨੂੰ ਐਗਰੀ ਕਰਨਾ ਪਊਗਾ, ਬਿਕੋਜ਼ ਆਪਾਂ ਇੰਟਲੈਕਚੁਅਲਸ ਉਦੋਂ ਇਕੱਠੇ ਕਰਦੇ ਹਾਂ ਨਾ ਕਿ ਉਹ ਅੱਡ ਅੱਡ ਥੋਟ ਦੇ ਹੈਗੇ ਆ, ਹੈ ਨਾ, ਪਾਰਟੀ ਹੋਰ ਚੀਜ਼ ਹੁੰਦੀ ਆ, ਹੈ ਨਾ, ਘਾੜਤ ਹੋਰ ਚੀਜ਼ ਹੁੰਦੀ ਆ, ਪਰ ਇਹਨਾਂ ਤੋਂ ਆਪਾਂ ਨੂੰ ਉਹਦਾ ਇੱਕ ਕ੍ਰਿਟੀਕਲ ਅਨੈਲਿਸਿਸ ਮਿਲ ਜਾਂਦਾ ਹੈ। ਫੋਰ ਐਗਜ਼ਾਮਪਲ, ਮਾਲੀ ਸਾਹਿਬ ਨੇ ਕਿਹਾ ਕਿ ਵੀ ਤੁਸੀਂ ਜੇ ਇਹ ਚੀਜ਼ਾਂ ਅਚੀਵ ਕਰਨੀ ਹੈ ਤਾਂ ਤੁਹਾਨੂੰ ਬਾਕੀ ਲੋਕਾਂ ਨਾਲ ਵੀ ਗੱਲ ਕਰਨੀ ਪਊ, ਭਾਰਤ ਦੀਆਂ ਹੋਰ ਕੌਮਾਂ ਨਾਲ ਵੀ। ਹੁਣ ਇਹ ਬਹੁਤ ਸੋਹਣਾ ਨੁਕਤਾ ਹੈ ਕਿ ਵੀ ਤੁਸੀਂ ਇਕੱਲੇ ਇੱਕ ਸੈਂਟਰਿਕ ਲੜਾਈ ਨਹੀਂ ਲੜ ਸਕਦੇ। ਠੀਕ ਆ, ਇਹ ਉਹਨਾਂ ਨੇ ਆਪਦੀ ਸਟਰਗਲ 'ਚ ਵੇਖਿਆ ਹੋਊਗਾ, ਹੈ ਨਾ, ਅਤੇ ਇੱਕ ਸੁਜੈਸ਼ਨ ਆ, ਇਹ ਸੁਜੈਸ਼ਨ ਆਪਾਂ ਨੂੰ ਇੰਵਾਈਬ ਕਰਨਾ ਚਾਹੀਦਾ। ਸੋ ਇਹਨਾਂ ਤੋਂ ਤਾਂ ਆਪਾਂ ਨੂੰ ਇੱਕ ਆਈਡੀਆ, ਬਾਕੀ ਸਟੇਟਾਂ ਨਾਲ ਗੱਲ ਤਾਂ ਬਾਅਦ ਦੀ ਗੱਲ ਹੈਗੀ ਹੈ, ਪੰਜਾਬ 'ਚ ਆਪਾਂ ਬਾਕੀ ਹੋਰ ਧਰਮਾਂ ਨਾਲ ਹੀ ਗੱਲ ਪਹਿਲਾਂ ਕਰਕੇ ਇਸ ਦੇ ਵਿੱਚ ਚੀਜ਼ਾਂ ਨੂੰ ਐਡ ਕਰੀਏ ਤਾਂ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਬੈਟਰ ਹੋਊਗਾ, ਤਾਂ ਕਿ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਜੋੜ ਰਹੇ ਹੋ, ਜਿਹੜੇ ਜ਼ਿਲ੍ਹਾ ਪ੍ਰਧਾਨ ਲਾ ਰਹੇ ਹੋ ਉਹ ਵੀ ਵੱਖ ਵੱਖ ਧਰਮਾਂ ਦੇ ਨਹੀਂ, ਅਜੇ ਸਿਰਫ ਉਹ ਸਿੱਖੀ ਧਰਮ ਦੇ ਵਿੱਚੋਂ ਹੀ ਨਿਕਲ ਗਏ। ਨਹੀਂ, ਐਂ ਕੋਈ ਨਹੀਂ ਗਾ, ਆਪਾਂ ਬਿਲਕੁਲ ਕਲੀਅਰ ਹੈਗੇ ਹਾਂ ਕਿ ਕੋਈ
ਜੇ ਦੂਜੇ ਧਰਮ ਦਾ ਵੀ ਹੈ ਤਾਂ ਉਹ ਇਸ ਸੋਚ ਨੂੰ ਮੰਨਦਾ, ਉਹ ਪੰਜਾਬ ਦੀ ਇਹਨਾਂ ਰਾਈਟਸ ਦਾ ਐਗਰੀ ਕਰਦਾ, ਤਾਂ ਆਪਾਂ ਉਹਨੂੰ ਉਹਦੇ ਨਾਲ ਲੈ ਕੇ ਚੱਲਾਂਗੇ, ਠੀਕ ਹੈ ਜੀ। ਉਹਦੇ ਇਲਾਵਾ ਇਹ ਆ ਕਿ ਬਈ ਸੈਕ ਏਰੀਆਜ਼ ਵੀ ਵੰਡੇ ਜਾਂਦੇ, ਫੋਰ ਐਗਜ਼ਾਮਪਲ ਜੇ ਆਪਾਂ ਹੁਣ ਹੁਸ਼ਿਆਰਪੁਰ ਦੇ ਅਰਾਊਂਡ ਪੋਲੀਟਿਕਸ ਕਰ ਜਿਹੜੀ ਕਰਨੀ, ਉਹ 'ਚ ਨੈਚੁਰਲ ਆ ਦੂਜੇ ਸੈਕਸ਼ਨਸ ਆਉਣਗੇ ਉਹਦੇ ਵਿੱਚ, ਹੈ ਨਾ। ਜੇ ਫਰੀਦਕੋਟ ਆਉਂਗੇ ਤਾਂ ਤੁਹਾਨੂੰ ਨਿਰੋਲ ਪੰਥਕ ਲੋਕ ਵੀ ਮਿਲ ਜਾਣਗੇ। ਤਾਂ ਇਹ ਸਾਰਿਆਂ ਨੂੰ ਹੀ ਲੈ ਕੇ ਚੱਲਣ ਦਾ ਨਾਂ ਰਾਜਨੀਤੀ ਆ, ਹੈ ਨਾ, ਜਾਂ ਇਹਨੂੰ ਸਾਰਿਆਂ ਨੂੰ ਲੈ ਕੇ ਚੱਲਣ ਦਾ ਨਾਂ ਹੀ ਸਰਬੱਤ ਦਾ ਭਲਾ, ਤਾਂ ਉਹ ਤਾਂ ਲੈ ਕੇ ਚੱਲਣਾ ਪਊਗਾ। ਬਾਕੀ ਕੋਈ ਹੋਰ ਧਾਰਮਿਕ ਤੇ ਸਿਆਸੀ ਤੁਸੀਂ ਵੱਖਰੋ ਵੱਖਰੇ ਦੋ ਵਰਟੀਕਲਸ ਰੱਖਾਂਗੇ, ਬਿਲਕੁਲ ਵੱਖਰੇ ਰੱਖਾਂਗੇ। ਉਹਦੇ ਵਿੱਚ ਮਤਲਬ ਹੀ ਨਹੀਂ ਕਿ ਜੇ ਕੋਈ ਬੰਦਾ ਸਿਆਸੀ ਹੋ ਗਿਆ ਤਾਂ ਉਹ ਮਤਲਬ ਉਸ ਧਾਰਮਿਕ ਵਾਲੇ ਨੂੰ ਥੋੜ੍ਹਾ ਜਿਹਾ ਹਾਈ ਜ਼ਿਆਦਾ ਮੋਰਲ ਹਾਈ ਗਰਾਊਂਡ ਹੋਣਾ ਚਾਹੀਦਾ। ਅਤੇ ਉਹਦੇ ਇਲਾਵਾ ਜਿਹੜੀ ਵੱਡੀ ਗੱਲ ਆ ਕਿ ਜੋ ਮੈਂ ਆਪਦਾ ਰੋਲ ਸਮਝਦਾ, ਮੈਂ ਇਹ ਫੀਲ ਕਰਦਾ ਕਿ ਜੇ ਅਗਲੇ 8-10 ਸਾਲ 'ਚ ਮੈਂ ਲੀਡਰਸ਼ਿਪ ਵੀ ਦੇ ਜਾਂ, ਹੈ ਨਾ, ਜਿਹੜੇ 25 ਸਾਲ ਤੋਂ 40 ਸਾਲ 45 ਸਾਲ ਦੇ ਹੈਗੇ ਆ, ਉਹਨਾਂ ਨੂੰ ਇੱਕ ਪਲੈਟਫਾਰਮ ਦੇ ਦਾਂ, ਉਹਨਾਂ ਨੂੰ ਇੱਕ ਗਾਈਡ ਕਰ ਜਾਂ, ਉਹਨਾਂ ਨੂੰ ਇੱਕ ਬੇਸਿਕ ਪਹਿਲਾ ਜਿਹੜਾ ਧੱਕਾ ਔਖਾ ਹੁੰਦਾ ਉਹ ਉੱਥੇ ਖੜ੍ਹਾ ਕਰ ਜਾਈਏ, ਹੈ ਨਾ, ਤਾਂ ਆਉਣ ਵਾਲੇ 50 ਸਾਲ ਦੀ ਸਮਝ ਲਓ ਸਿੱਖ ਲੀਡਰਸ਼ਿਪ ਜਿਹੜੀ ਹੋਊਗੀ ਉਹ ਸਸਟੇਨੇਬਲ ਲੀਡਰਸ਼ਿਪ ਅਵੇਲੇਬਲ ਹੋਊਗੀ ਉਹਨਾਂ ਨੂੰ। ਉਹ ਥੋਟ ਪੁਸ਼ ਕਰ ਸਕਣਗੇ, ਰਾਜ 'ਚੋਂ ਕਿੰਨੀ ਵਾਰੀ ਰਹਿੰਦੇ ਆ ਅਤੇ ਰਾਜ 'ਚੋਂ ਕਿੰਨੀ ਵਾਰੀ ਨਹੀਂ ਰਹਿੰਦੇ ਉਹ ਬਿਲਕੁਲ ਡਿਫਰੈਂਟ ਗੱਲ ਆ, ਬਟ ਉਹਨਾਂ ਦੀਆਂ ਉਹ ਆਪਦੀ ਕਮਿਊਨਿਟੀ ਦੀਆਂ ਰਾਈਟਸ ਅਤੇ ਪੰਜਾਬ ਦੀਆਂ ਰਾਈਟਸ ਵਾਸਤੇ ਇੱਕ ਦੀਵਾਰ ਬਣ ਕੇ ਖੜ੍ਹ ਜਾਣਗੇ ਕਿ ਵੀ ਉਹ ਢਹਿਣ ਨਹੀਂ ਦਿਆ ਕਰਨ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਗੱਲਬਾਤ ਲਈ। ਤਾਂ ਅਜੇਪਾਲ ਸਿੰਘ ਬਰਾਲਵਣੀ ਜਿਹੜੇ ਉਹਨਾਂ ਨੇ ਅੱਜ ਇੱਕ ਆਪਣਾ ਖਰੜਾ ਜਿਹੜਾ ਹੈ ਉਹ ਤਿਆਰ ਕੀਤਾ, ਉਹ ਪ੍ਰਜੈਂਟ ਕੀਤਾ, ਹੁਣ ਦੇਖਣਾ ਹੋਊਗਾ ਕਿ ਲੋਕ ਇਸ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਨੇ, ਕਿੰਨਾ ਕੁ ਸਾਥ ਇਹਨਾਂ ਨੂੰ ਉਹਨਾਂ ਲੋਕਾਂ ਦਾ ਮਿਲਦਾ ਹੋਇਆ ਨਜ਼ਰ ਆਉਂਦਾ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।